ਆਪਣੇ ਸਕੋਰਪੀਓ ਐਨ ਜੈੱਟ 6 ਖੜੀ ਹੈ ਸਿਲਵਰ ਕਲਰ ਦੇ ਵਿੱਚ। ਮਹਿੰਦਰਾ ਵਾਲਿਆਂ ਨੇ ਨਾਲ ਇੱਕ ਗਿਫਟ ਵੀ ਦਿੱਤਾ, ਇਹਦੀ ਅਨਬੋਕਸਿੰਗ ਕਰਦੇ ਹਾਂ ਕੀ ਦਿੰਦੇ ਆ ਮਹਿੰਦਰਾ ਵਾਲੇ। 28 ਦੀ ਮਾਰਕੀਟ ਹੈ ਜਿੱਥੋਂ ਕਿ ਸਾਰਾ ਗੱਡੀਆਂ ਦਾ ਕੰਮ ਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਅੱਜ ਆਪਾਂ ਇੱਕ ਨਵੀਂ ਗੱਡੀ ਪਰਚੇਜ਼ ਕਰਨ ਜਾ ਰਹੇ ਹਾਂ। ਆਮ ਤੌਰ 'ਤੇ ਵੈਸੇ ਆਪਾਂ ਇੱਦਾਂ ਦੇ ਵਲੌਗ ਜਾਂ ਇੱਦਾਂ ਦੀ ਵੀਡੀਓ 'ਤੇ ਨਹੀਂ ਪਾਉਂਦੇ, ਪਰ ਜਿਹੜੀ ਗੱਡੀ ਪਰਚੇਜ਼ ਕਰਨ ਜਾ ਰਹੇ ਹਾਂ ਉਹ ਲੋਕਾਂ ਦੀ ਕਾਫੀ ਜ਼ਿਆਦਾ ਡਿਮਾਂਡ 'ਚ ਰਹਿੰਦੀ ਆ, ਪਾਪੂਲਰ ਰਹਿੰਦੀ ਹੈ, ਖਾਸ ਕਰਕੇ ਪੰਜਾਬੀਆਂ ਲਈ ਬਹੁਤ ਜ਼ਿਆਦਾ ਚਹੇਤਾ ਗੱਡੀ ਹੈ। ਅਤੇ ਇੱਕ ਹੋਰ ਚੀਜ਼ ਖਾਸ ਆ ਕਿ ਇਹ ਗੱਡੀ ਦੀ ਸਾਡੀ ਬੁਕਿੰਗ ਜਿਹੜੀ ਆ ਉਹ 15 ਮਹੀਨੇ ਪਹਿਲਾਂ ਹੋਈ। 15 ਮਹੀਨੇ ਦੀ ਵੇਟਿੰਗ ਤੋਂ ਬਾਅਦ ਇਹ ਗੱਡੀ ਜਿਹੜੀ ਸਾਨੂੰ ਮਿਲਣ ਜਾ ਰਹੀ ਹੈ। ਹਾਲਾਂਕਿ ਆਪਾਂ ਇਹਦੇ ਲਈ ਕੋਈ ਜੱਦੋਜਹਿਦ ਵੀ ਨਹੀਂ ਕੀਤੀ ਜਾਂ ਬਹੁਤੇ ਐਫਰਟਸ ਵੀ ਨਹੀਂ ਕੀਤੇ ਕਿ ਸਾਨੂੰ ਗੱਡੀ ਜਲਦੀ ਮਿਲ ਜੇ। ਸੋ ਅਗਲੇ ਕੁਝ ਮਿੰਟਾਂ 'ਚ ਤੁਹਾਨੂੰ ਸਾਰਾ ਦੱਸਦੇ ਹਾਂ ਕਿ ਕਿਹੜੀ ਗੱਡੀ ਖਰੀਦਣ ਜਾ ਰਹੇ ਹਾਂ ਅਤੇ ਕਿੰਨੀ ਕੋਸਟ ਪਈ। ਉਸ ਤੋਂ ਬਾਅਦ ਇਹ ਬ੍ਰੈਂਡ ਜਿਹੜਾ ਮਹਿੰਦਰਾ ਦਾ ਵਾ, ਅਤੇ ਮਹਿੰਦਰਾ ਜਿਹੜਾ ਸਕੈਮ ਕਰਦੀ ਹੈ ਲੋਕਾਂ ਨਾਲ, ਗੁੰਮਰਾਹ ਕਰਦੀ ਹੈ ਆਮ ਪਬਲਿਕ ਨੂੰ, ਜਿਨ੍ਹਾਂ ਨੂੰ ਨੌਲੇਜ ਵੀ ਘੱਟ ਹੁੰਦੀ ਹੈ, ਭੋਲੇ ਭਾਲੇ ਲੋਕ ਮਿਹਨਤ ਦੀ ਕਮਾਈ ਜਿਹੜੀ ਆ ਉਹ ਮਹਿੰਦਰਾ ਅੱਗੇ ਲਟਾ ਕੇ ਆ ਜਾਂਦੇ ਆ, ਉਹਦੇ ਬਾਰੇ ਆਪਾਂ ਸਾਰੀ ਗੱਲਬਾਤ ਇਸੇ ਵੀਡੀਓ ਦੇ ਵਿੱਚ ਕਰਾਂਗੇ। ਤੁਹਾਨੂੰ ਦੱਸਾਂਗੇ ਕਿ ਆਪਾਂ ਪੈਸੇ ਕਿੰਨੇ ਬਚਾਏ ਆ, ਕਿਹੜੀ ਕਿਹੜੀਆਂ ਚੀਜ਼ਾਂ ਲਈ ਸਾਨੂੰ ਫੋਰਸ ਕਰ ਰਹੀ, ਅਤੇ ਜੇ ਆਪਾਂ ਨਹੀਂ ਕਰਦੇ ਤਾਂ ਕਿੰਨੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ। ਸਾਰੀਆਂ ਗੱਲਾਂ ਬਾਤਾਂ ਆਪਾਂ ਅੱਗੇ ਵੀਡੀਓ 'ਚ ਕਰਾਂਗੇ। ਸੋ ਤੁਹਾਨੂੰ ਜਿੰਨੀ ਹੋ ਸਕਦਾ ਇਕੱਲੇ ਇਕੱਲੇ ਕਲਿੱਪ ਦੇ ਜ਼ਰੀਏ ਜਿਹੜਾ ਸਾਰੀ ਚੀਜ਼ ਦੱਸ ਦਾਂਗੇ। ਜੀ ਦੋਸਤੋ, ਆਪਾਂ ਮੋਹਾਲੀ ਰਾਜ ਵਹੀਕਲ ਪਹੁੰਚ ਗਏ ਹਾਂ। ਇਹਨਾਂ ਨੇ ਟਾਈਮ ਤਾਂ ਦਿੱਤਾ ਸੀਗਾ ਕਿ 11-12 ਵਜੇ ਦਾ, ਅਤੇ ਤਕਰੀਬਨ 2 ਵੱਜ ਚੁੱਕੇ ਆ, ਹਜੇ ਤੱਕ ਡਿਲੀਵਰੀ ਨਹੀਂ ਦਿੱਤੀ। ਨੰਬਰ ਅਸਲ 'ਚ ਆਪਾਂ ਨਾ VIP ਨੰਬਰ ਲਿਆ ਹੋਇਆ ਸੀਗਾ, ਅਤੇ ਨੰਬਰ 'ਤੇ ਹੀ ਬੁਕਿੰਗ ਵਗੈਰਾ ਸਾਰਾ ਕੁਛ ਆ ਗਿਆ ਸੀ, ਪਰ ਕੁਛ ਕੁ ਟੈਕਨੀਕਲ ਪ੍ਰੋਬਲਮ ਚੱਲਦੀ ਪਈ ਜਿਹਦੇ ਕਰਕੇ ਡਿਲੀਵਰੀ ਨਹੀਂ ਦਿੱਤੀ। ਅਤੇ ਗੱਡੀ ਦੀ ਡਿਲੀਵਰੀ ਲੈਣ ਵਾਸਤੇ ਸਪੈਸ਼ਲ ਉਹ ਜਿਹੜਾ ਪਿੱਛੇ ਬੰਦਾ ਤੁਹਾਨੂੰ ਲੱਭ ਰਿਹਾ, ਨਾਹਰ ਸਿੰਘ, ਆਪਣਾ ਪੁਰਾਣਾ ਮਿੱਤਰ ਅਤੇ ਨਾਹਰ ਸਿੰਘ ਹੁਣਾਂ ਦੇ ਸਾਂਢੂ ਸਾਹਿਬ ਨੇ, ਇੱਥੇ ਪ੍ਰੋਪਰਟੀ ਡੀਲਰ ਹੈ, ਅਤੇ ਇਹ 2 ਮਹਾਂਪੁਰਖ ਸਪੈਸ਼ਲ ਆਏ ਆ ਡਿਲੀਵਰੀ ਲੈਣ ਵਾਸਤੇ। ਅਤੇ ਨਾਹਰ ਸਿੰਘ ਸ਼ਾਇਦ ਤੁਹਾਨੂੰ ਪਿੱਛੇ 1-2 ਵੀਡੀਓ 'ਚ ਦਿਖਾਇਆ ਹੋਇਆ, ਆਪਣਾ ਪੁਰਾਣਾ ਯਾਰ ਦੋਸਤ ਆ। ਚੰਡੀਗੜ੍ਹ 'ਚ ਜਦੋਂ ਮੈਂ ਆਇਆ ਸੀਗਾ ਅਤੇ ਸਟਰਗਲ ਦੇ ਬਹੁਤ ਦਿਨ ਚੱਲਦੇ ਸੀ ਉਦੋਂ, ਉਹਨਾਂ ਦਿਨਾਂ ਦੇ ਵਿੱਚ ਆਪਣੀ ਯਾਰੀ ਦੋਸਤੀ ਹੋਈ ਆ, ਅਤੇ ਚਲੋ ਮਾਰੇ ਦੀ ਕਿਰਪਾ ਨਾਲ ਲੰਬੀ ਚੱਲ ਰਹੀ ਆ। ਨਾਹਰ ਸਿੰਘ ਫਿਰ ਇਹ ਬੈਗ ਪਹਿਨ ਦਾ ਭਰ ਕੇ ਲਿਆ ਜੀ ਖਾਲੀ ਆ? ਅੱਛਾ, ਜਿੰਨੇ ਪੈਸੇ ਘੱਟਦੇ ਸੀ ਸਾਡੇ ਉਹ ਸਾਰੇ ਇਹਨੇ ਬੈਗ 'ਚ ਪਾਏ ਆ, ਇਹੋ ਹੀ ਲੈ ਕੇ ਆਇਆ। ਦਾਦਾ ਵਾਲੇ ਨੋਟ ਨਹੀਂ, ਭਾਣ ਲੈਂਦੀ ਆ ਚੰਡੀਗੜ੍ਹ ਮੋਹਾਲੀ 'ਚ, ਨਿਊ ਚੰਡੀਗੜ੍ਹ 'ਚ ਪ੍ਰੋਪਰਟੀ ਦਾ ਕੰਮ ਕਰਦੇ। ਕੋਈ ਵੀ ਤੁਸੀਂ ਪ੍ਰੋਪਰਟੀ ਖਰੀਦਣੀ ਹੈ ਨਾ, ਇਹਨਾਂ ਨੂੰ ਫੋਨ ਕਰ ਲਿਓ ਸਿੱਧਾ ਹੀ। ਖੁਸ਼ ਕਿਉਂ ਹੋਣਿਆ ਨਾ? ਮੈਂ ਖੁਸ਼ ਤਾਂ ਹੋ ਰਿਹਾ ਕਿ ਗੱਡੀ ਲੈਣ ਆਇਆ ਨਵੀਂ, ਖੁਸ਼ ਤਾਂ ਹੋਵਾਂਗੇ ਹੀ। ਖੁਸ਼ੀ ਹੈਗੀ ਆ ਸਾਨੂੰ, ਨਵੀਂ ਗੱਡੀ ਦੀ ਚਾਹੋ ਆ ਪੂਰਾ। ਤੇ ਕਿੰਨਾ ਹਿੱਸਾ ਪਾ ਰਿਹਾ ਵਿੱਚ ਫਿਰ, ਕਿੰਨੇ ਲੱਖ? ਜਿੰਨੇ ਆ ਸਾਰੇ ਦੇ ਦੇਣੇ ਆ ਬੈਗ 'ਚ, ਮਤਲਬ ਜਿੰਨੇ ਨਿਕਲ ਗਏ ਸਾਡੇ ਤੁਹਾਡੇ। ਤੇ ਜੇ ਬੈਗ ਹੀ ਸਾਡਾ ਹੋਇਆ ਫਿਰ? ਬੈਗ ਤਾਂ ਮੇਰਾ ਏ, ਮੈਂ ਲਿਆਇਆ ਘਰੋਂ। ਦੋਸਤੋ, ਆਪਾਂ ਛੇਤੀ ਡਿਲੀਵਰੀ ਲੈ ਰਹੇ ਹਾਂ, ਡਿਲੀਵਰੀ ਦੀ ਜਿਹੜੀ ਵੀਡੀਓ ਤੁਹਾਨੂੰ ਅੱਗੇ ਤੁਹਾਡੇ ਨਾਲ ਕਰਦੇ ਹਾਂ ਸ਼ੇਅਰ। ਇੱਕ ਸਭ ਤੋਂ ਵੱਡੀ ਜਿਹੜੀ ਮੈਂ ਗੱਲ ਸ਼ੁਰੂ 'ਚ ਵੀ ਦੱਸੀ ਕਿ ਮਹਿੰਦਰਾ ਦਾ ਸਕੈਮ ਜਿਹੜਾ, ਮਹਿੰਦਰਾ ਲੋਕਾਂ ਨੂੰ ਬੇਵਕੂਫ ਬਣਾਉਂਦੀ ਹੈ, ਉਹਦੇ ਬਾਰੇ ਆਪਾਂ ਸਾਰੀ ਗੱਲਬਾਤ ਕਰਾਂਗੇ, ਕਿਉਂਕਿ ਸਾਡੇ ਨਾਲ ਵੀ ਬਹੁਤ ਕੁਛ ਮਹਿੰਦਰਾ ਕਰ ਰਹੀ ਆ। ਇਹਨਾਂ ਨੂੰ ਇੱਕੋ ਹੀ ਹੁੰਦਾ ਵਾ ਕਿ ਕਿਸੇ ਤਰੀਕੇ ਨਾਲ ਗਾਹਕ ਜਿਹੜਾ ਉਹ ਬਲੈਕ ਦੇ ਵਿੱਚ ਗੱਡੀ ਲੈ ਲਏ, ਬਲੈਕ ਤੋਂ ਭਾਵ ਕਿ ਐਕਸਟਰਾ ਪੈਸੇ ਦੇ ਕੇ 1-1.5 ਲੱਖ ਰੁਪਈਆ ਗੱਡੀ ਲੈ ਲਏ, ਬੁਕਿੰਗ ਕਰਾਏ ਹੀ ਨਾ। ਇਹ ਸਾਰੇ ਡੀਲਰ ਫੋਰਸ ਕਰਦੇ ਆ। ਸੋ ਅਸੀਂ ਤਾਂ ਬੁਕਿੰਗ ਕਰਾਈ ਆ, 15 ਮਹੀਨੇ ਹੋ ਗਏ ਆ, ਆਪਾਂ ਪੈਸੇ ਇਹਨਾਂ ਨੂੰ ਦਿੱਤੇ ਇਹਨੂੰ,
ਫਿਰ ਵੀ ਬੜਾ ਜ਼ਿਆਦਾ ਤੰਗ ਕਰਦੇ, ਸਾਰੀਆਂ ਗੱਲਾਂ ਬਾਤਾਂ ਆਪਾਂ ਨਾਲ ਦੀ ਨਾਲ ਕਰੀ ਜਾਵਾਂਗੇ। ਇਹ ਦੇਖ ਸਕਦੇ ਹੋ ਤੁਸੀਂ ਸਾਹਮਣੇ ਸਕੋਰਪੀਓ ਐਨ ਜੈੱਟ 6 ਖੜ੍ਹੀ ਹੈ ਸਿਲਵਰ ਕਲਰ ਦੇ ਵਿੱਚ। ਜੈੱਟ 6 ਸਕੋਰਪੀਓ ਦਾ ਕਾਫੀ ਜ਼ਿਆਦਾ ਵੈਲਿਊ ਫੋਰ ਮਨੀ ਵੇਰੀਐਂਟ ਆ। ਇਹਦੇ ਵਿੱਚ ਤੁਸੀਂ ਸਿਰਫ ਅਲਾਈ ਵੀਲ ਹੀ ਲਵਾਉਣੇ ਆ ਅਤੇ ਤੁਹਾਡੀ ਗੱਡੀ ਜਿਹੜੀ ਕੰਪਲੀਟ ਰੈਡੀ ਹੋ ਜਾਂਦੀ ਹੈ। ਪ੍ਰੋਜੈਕਟਰ ਹੈੱਡਲੈਂਪ ਇਹਦੇ 'ਚ ਨਹੀਂ ਆਉਂਦੇ, ਪਰ ਪ੍ਰੋਜੈਕਟਰ ਦੀ ਕੋਈ ਬਹੁਤੀ ਜ਼ਿਆਦਾ ਲੋੜ ਨਹੀਂ ਹੁੰਦੀ। ਬਾਕੀ ਸਨਰੂਫ ਵੀ ਆਉਂਦਾ, ਹੋਰ ਵੀ ਲੋੜ ਮੁਤਾਬਕ ਜਿੰਨੇ ਫੀਚਰ ਚਾਹੀਦੇ ਸਾਰੇ ਹੀ ਇਹਦੇ ਵਿੱਚ ਮਿਲ ਜਾਂਦੇ ਆ। ਜੈੱਡ 8 ਦੇ ਜੇ ਤੁਸੀਂ ਬਹੁਤੇ ਜ਼ਿਆਦਾ ਪੈਸੇ ਨਹੀਂ ਖਰਚ ਸਕਦੇ ਤਾਂ ਜੈੱਡ 6 ਵਧੀਆ ਰਹਿੰਦਾ, ਹਰ ਪਾਸੇ ਤੋਂ ਵਧੀਆ ਰਹਿੰਦਾ। ਫਰੰਟ ਰੀਅਰ ਲੁੱਕ ਵੀ ਬਹੁਤ ਜ਼ਿਆਦਾ ਵਧੀਆ। ਸੋ ਇਹ ਸਾਂਢੂ ਸਾਹਿਬ ਨੂੰ ਵੀ ਗੱਡੀ ਕਾਫੀ ਜ਼ਿਆਦਾ ਪਸੰਦ ਆਈ ਅਤੇ ਕਮਾਈ ਇਹਨਾਂ ਨੂੰ ਮੋਟੀ ਹੈ। ਹੋ ਸਕਦਾ ਛੇਤੀ ਕੋਈ ਪਲਾਟ ਪਲੂਟ ਵੇਚ ਕੇ ਅਤੇ ਸਕਾਰਪੀਓ ਐਨ ਦਾ ਸੌਦਾ ਮਾਰ ਲੈਣ। ਲਓ ਜੀ, ਥਾਰ ਵਿਦ VIP ਨੰਬਰ। ਇਹ ਨੰਬਰ ਜਿਹੜਾ ਇਹ ਸਾਨੂੰ ਕਾਫੀ ਜ਼ਿਆਦਾ ਮਹਿੰਗਾ ਪਿਆ, ਤਕਰੀਬਨ 1,35,000 ਰੁਪਇਆ ਇਸ ਨੰਬਰ ਦੇ ਉੱਤੇ ਖਰਚਾ ਆ ਗਿਆ। ਸੋ ਗੱਡੀ ਨਾਲੋਂ ਜ਼ਿਆਦਾ ਚਾਅ ਸਾਨੂੰ ਨੰਬਰ ਦਾ ਸੀਗਾ। ਕਲਰ ਜਿਹੜਾ ਚੂਜ਼ ਕਰਨਾ ਵੀ ਬੜਾ ਔਖਾ ਸੀਗਾ, ਪਹਿਲਾਂ ਬਲੈਕ ਬੁੱਕ ਕਰਾਇਆ, ਫਿਰ ਰੈੱਡ ਕੀਤਾ ਕਿਉਂਕਿ ਸਾਡੇ ਫਾਦਰ ਸਾਹਿਬ ਨੂੰ ਕਹਿੰਦੇ ਜੀ ਰੈੱਡ ਕਲਰ ਜ਼ਿਆਦਾ ਸੋਹਣਾ ਲੱਗਦਾ, ਅਤੇ ਫਾਈਨਲੀ ਆਪਾਂ ਫਿਰ ਗ੍ਰੇ ਕਲਰ ਦੀ ਥਾਰ ਜਿਹੜੀ ਉਹ ਫਾਈਨਲ ਕਰ ਦਿੱਤੀ ਸੀ। ਅੱਜ ਤੋਂ 15 ਮਹੀਨੇ ਪਹਿਲਾਂ ਹੀ ਇਹ ਸਾਰਾ ਕੁਛ ਚੱਲ ਗਿਆ ਸੀਗਾ। ਮਹਿੰਦਰਾ ਡੀਲਰ ਤੋਂ ਬਾਅਦ ਆਪਾਂ ਸਿੱਧਾ ਆ ਗਏ ਜੀ 28 ਦੀ ਮਾਰਕੀਟ ਦੇ ਵਿੱਚ। 28 ਦੀ ਮਾਰਕੀਟ ਦੇ ਵਿੱਚ ਜਿਹੜੀ ਮੋਡੀਫਿਕੇਸ਼ਨ ਆ ਸਾਰੀ ਇੱਥੋਂ ਬਹੁਤ ਵਧੀਆ ਹੁੰਦੀ, ਹਰੇਕ ਸਮਾਨ ਮਿਲ ਜਾਂਦਾ। ਸੋ ਆਪਾਂ ਫਰੰਟ ਦੀ ਗ੍ਰਿਲ ਜਿਹੜੀ ਆ ਉਹ ਚੇਂਜ ਕਰਾ ਰਹੇ ਹਾਂ, ਰੂਬੀਕੋਨ ਗ੍ਰਿਲ ਪਵਾ ਰਹੇ ਹਾਂ, 7D ਮੈਟ ਪਵਾ ਰਹੇ ਹਾਂ। ਇਹ ਮੈਟ ਤੁਸੀਂ ਦੇਖ ਸਕਦੇ ਹੋ, ਡੀਲਰਸ਼ਿਪ ਤੋਂ ਸਾਨੂੰ 3D ਮੈਟ ਮਿਲਦੇ ਸੀ ਪਰ ਆਪਾਂ 7D ਪਾਉਣੇ ਸੀ। ਸੋ ਗ੍ਰਿਲ ਜਿਹੜੀ ਆ ਉਹ ਪਾਉਣ ਵਾਸਤੇ ਬੰਪਰ ਵਗੈਰਾ ਸਾਰਾ ਕੁਛ ਲੱਥਦਾ ਵਾ, ਅਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਗ੍ਰਿਲ ਫਿੱਟ ਹੋ ਚੁੱਕੀ ਹੈ ਅਤੇ ਬੰਪਰ ਦੀ ਫਿਟਿੰਗ ਬਾਕੀ ਹੈ ਹਜੇ। ਅਤੇ ਇਹ ਤੁਹਾਡੇ ਸਾਹਮਣੇ ਜੀ ਫਾਈਨਲ ਲੁੱਕ, ਇਹ ਬਹੁਤ ਸੋਹਣੀ ਗ੍ਰਿਲ ਲੱਗਦੀ ਹੈ। ਜਿਹੜੀ ਨਾਲ ਦੀ ਗ੍ਰਿਲ ਆਉਂਦੀ ਹੈ ਉਹ ਕੋਈ ਬਹੁਤੀ ਜੱਚਦੀ ਨਹੀਂ ਹੈ, ਇਸ ਕਰਕੇ ਆਪਾਂ ਸਭ ਤੋਂ ਪਹਿਲੇ ਨੰਬਰ 'ਤੇ ਗ੍ਰਿਲ ਹੀ ਰੂਬੀਕੋਨ ਗ੍ਰਿਲ ਪਾਈ ਆ। ਅਤੇ ਇਹਦੇ ਵਾਸਤੇ ਵੀ ਆਪਾਂ ਪਹਿਲਾਂ ਇਹਨਾਂ ਨੂੰ ਫੋਨ ਕੀਤਾ ਹੋਇਆ ਸੀਗਾ ਕਿ ਇਹ ਗ੍ਰਿਲ ਸਾਡੀ ਮੰਗਾ ਕੇ ਰੱਖਿਓ। ਸੋ ਬਾਹਲੀ ਘੈਂਟ ਲੁੱਕ ਲੱਗਦੀ ਪਈ ਹੈ ਮੈਨੂੰ, ਅਤੇ ਇਹ 28 ਦੀ ਮਾਰਕੀਟ ਆ ਜਿੱਥੋਂ ਕਿ ਸਾਰਾ ਗੱਡੀਆਂ ਦਾ ਕੰਮ ਹੁੰਦਾ। ਹਾਂਜੀ ਦੋਸਤੋ, ਸਮਾਨ ਜਿਹੜਾ ਜ਼ਰੂਰੀ ਚਾਹੀਦਾ ਸੀਗਾ, 2-3 ਚੀਜ਼ਾਂ ਆਪਾਂ ਕਰਾਈਆਂ, ਬਹੁਤ ਹੀ ਜ਼ਿਆਦਾ ਕਰਾਉਣ ਦੀ ਲੋੜ ਨਹੀਂ ਸੀਗੀ। ਇੱਕ ਸਾਡੇ ਕੋਲ ਟਾਈਮ ਬਹੁਤ ਘੱਟ ਸੀ। ਸੋ ਮੈਟ ਗ੍ਰਿਲ ਤੁਹਾਨੂੰ ਸਾਰੇ ਪਹਿਲਾਂ ਦਿਖਾਤਾ ਕੀ ਕੁਛ ਕਰਾਇਆ, ਬੇਸਿਕ ਜਿਹੀਆਂ ਚੀਜ਼ਾਂ ਕਰਾ ਕੇ ਅਤੇ ਹੁਣ ਆਪਾਂ ਚੰਡੀਗੜ੍ਹ ਤੋਂ ਗੁਰਦਾਸਪੁਰ ਨੂੰ ਜਾਣਾ ਸੀਗਾ, ਕੋਈ ਜ਼ਰੂਰੀ ਕੰਮ ਹੈ ਇਹਦੇ ਕਰਕੇ ਅੱਜ ਹੀ ਚੱਲਣਾ ਪੈਣਾ। ਥੋੜ੍ਹੇ ਦਿਨ ਠਹਿਰ ਕੇ ਆਪਾਂ ਇਹਦੀ ਹੋਰ ਮੋਡੀਫਿਕੇਸ਼ਨ ਕਰਾਵਾਂਗੇ। ਮੋਡੀਫਿਕੇਸ਼ਨ ਖਾਸ ਕਰਕੇ ਮੈਨੂੰ ਕੋਈ ਬਹੁਤੀ ਪਸੰਦ ਨਹੀਂ ਹੈਗੀ ਕਿਉਂਕਿ ਉਹਦੇ ਨਾਲ ਗੱਡੀ ਨਾਲ ਕਾਫੀ ਜ਼ਿਆਦਾ ਛੇੜਛਾੜ ਹੁੰਦੀ ਹੈ ਕਿਉਂਕਿ ਸਾਡੀ ਰਨਿੰਗ ਜ਼ਿਆਦਾ, ਅਤੇ ਬਹੁਤੀ ਛੇੜਛਾੜ ਕਰੀਏ ਅਤੇ ਸਾਨੂੰ ਰਸਤੇ ਦੇ ਵਿੱਚ ਕੋਈ ਪ੍ਰੋਬਲਮ ਆ ਸਕਦੀ ਹੈ ਤਾਰਾਂ ਦੇ ਕਰਕੇ। ਤਾਰਾਂ ਦੇ ਜਦੋਂ ਆਪਾਂ ਕੋਈ ਵੀ ਫਿਟਿੰਗ ਕਰਵਾਉਂਦੇ ਹਾਂ ਉਹਦੇ ਨਾਲ ਦਿੱਕਤਾਂ ਆਉਂਦੀਆਂ ਨੇ, ਹੁਣ ਨਾ ਨਵੇਂ ਨਵੇਂ ਨਾ ਆਉਣਗੀਆਂ ਅੱਗੇ ਜਾ ਕੇ ਆ ਸਕਦੀਆਂ। ਸੋ ਜਿੰਨੀ ਕੁ ਜ਼ਰੂਰੀ ਜ਼ਰੂਰੀ ਓਨੀ ਕੁ ਮੋਡੀਫਿਕੇਸ਼ਨ ਕਰਾਵਾਂਗੇ। ਸਕੈਮ ਦੀ ਮੈਂ ਗੱਲ ਕੀਤੀ ਸੀ ਕਿ ਮਹਿੰਦਰਾ ਵਾਲੇ ਬਹੁਤ ਤਗੜਾ ਲੋਕਾਂ ਨਾਲ ਠੱਗੀਆਂ ਮਾਰਦੇ ਆ, ਰੇਟ ਬਹੁਤ ਜ਼ਿਆਦਾ ਵੱਧ ਦੱਸਦੇ ਆ। ਹੁਣ ਜਿਹੜਾ ਸਾਡਾ ਸੇਲਸਮੈਨ ਸੀਗਾ ਗਗਨ ਉਹਦਾ ਨਾਮ ਸੀਗਾ, ਬਹੁਤ ਵਧੀਆ ਬੰਦਾ ਸੀਗਾ, ਬਹੁਤ ਸੋਹਣਾ ਉਹਨੇ ਡੀਲ ਕੀਤਾ ਔਰ ਸੇਲਸਮੈਨ ਨੇ ਸਾਨੂੰ ਕਿਸੇ ਵੀ ਚੀਜ਼ ਲਈ ਫੋਰਸ ਨਹੀਂ ਕੀਤਾ, ਪਰ ਉਹਦੇ ਜਿਹੜੇ ਉੱਪਰ ਸੀਨੀਅਰ ਇੱਕ ਦੋ ਬੰਦੇ ਸੀਗੇ ਉਹਨਾਂ ਵੱਲੋਂ ਵਾਰ ਵਾਰ ਫੋਰਸ ਕੀਤਾ ਜਾਂਦਾ ਸੀ ਕਿ ਕੋਟਿੰਗ ਕਰਾ ਲਓ, PPF ਕਰਾ ਲਓ, ਅਸੈਸਰੀ ਇੰਨੀ ਦੀ ਲਵਾ ਲਓ।
ਅਸੈਸਰੀ ਦਾ ਤੁਹਾਨੂੰ ਮੈਂ ਮੋਟਾ ਮੋਟਾ ਦੱਸ ਦਿੰਦਾ। ਜਿਹੜੇ ਕਿ ਮੈਟ ਉਹਨੇ ਸਾਨੂੰ 10,000 ਦੇ ਕਹੇ ਸੀ, ਮੈਟ ਵੀ ਉਹਨੇ 3D 'ਚ ਗਏ ਸੀ, 10,000 ਦੇ 3D 'ਚ ਸੀ, ਅਤੇ ਅਸੀਂ ਬਾਹਰੋਂ ਲਵਾਏ 70 ਮੈਟ, ਲੱਗੇ ਜੀ 3300 ਰੁਪਏ ਦੇ। ਤੁਸੀਂ ਦੇਖੋ ਅੱਧੋ ਅੱਧ ਤੋਂ ਵੀ ਜ਼ਿਆਦਾ ਫਰਕ ਆ। ਛੋਟੀਆਂ ਛੋਟੀਆਂ ਚੀਜ਼ਾਂ ਜਿੱਦਾਂ ਡੋਰ ਵਿਜ਼ਨ ਜਿਹੜੇ ਹੁੰਦੇ ਆ ਉਹ ਸਾਨੂੰ ਉੱਥੇ ਤਕਰੀਬਨ 2500 ਦੇ ਮਿਲਦੇ ਪਏ ਸੀ, ਅਤੇ ਆਪਾਂ ਨੂੰ ਮਿਲੇ ਆ 1000 ਰੁਪਏ ਦੇ। ਇੱਕ ਸਕੈਟਿੰਗ ਪਲੇਟਸ ਹੁੰਦੀਆਂ ਜਿਹੜੀਆਂ ਉਹ ਸਾਨੂੰ ਉੱਥੋਂ, ਮਤਲਬ ਉਹਦਾ ਰੇਟ ਦਾ ਕੋਈ ਬਹੁਤਾ ਫਰਕ ਨਹੀਂ, ਉਹ ਸਿਰਫ ਉਹਨਾਂ ਨੇ ਇਸ ਕਰਕੇ ਰੱਖਿਆ ਚਲੋ ਗਾਹਕ ਨੂੰ ਲੱਗੇ ਕਿ ਕੋਈ ਚੀਜ਼ਾਂ ਨੂੰ ਸਸਤੀ ਮਿਲ ਰਹੀ ਹੈ, ਪਰ ਹੈ ਬਹੁਤ ਛੋਟੀਆਂ ਛੋਟੀਆਂ ਸੀ। ਉੱਥੋਂ ਸਾਨੂੰ 900 ਰੁਪਏ ਦੀਆਂ ਸ਼ਾਇਦ ਮਿਲਦੀਆਂ ਸੀ, ਅਤੇ ਇੱਥੋਂ ਸਾਨੂੰ 800 ਰੁਪਏ ਦੀਆਂ ਮਿਲੀਆਂ, ਪਰ ਜਿਹੜੀਆਂ ਇੱਥੋਂ 800 ਦੀਆਂ ਮਿਲੀਆਂ ਬਹੁਤ ਵੱਡੀਆਂ ਨੇ, ਪੂਰੇ ਸਾਈਜ਼ ਦੀਆਂ ਨੇ, ਅਤੇ ਉਹ ਵੀ ਵਧੀਆ ਮਿਲ ਗਈਆਂ। ਆਮਰੈਸਟ ਮਿਲਦੀ ਹੈ, 3 ਆਮਰੈਸਟ ਦਾ ਸੈੱਟ ਹੁੰਦਾ ਵਾ, ਮੈਂ ਵੀ ਲਵਾਉਣੇ ਆਮਰੈਸਟ, ਪਰ ਮੈਨੂੰ ਫਿਲਹਾਲ ਪਸੰਦ ਨਹੀਂ ਆਏ। ਮੈਂ ਵਧੀਆ ਆਮਰੈਸਟ ਮੰਗਵਾਏ ਹੋਏ ਆ, ਜਿਹੜੇ ਕੰਪਨੀ ਤੋਂ ਆਮਰੈਸਟ ਮਿਲ ਰਹੇ ਸੀ ਉਹ 14,000-15,000 ਦਾ ਸੈੱਟ ਸੀ 3 ਪੀਸਾਂ ਦਾ, ਉਹੀ ਆਮਰੈਸਟ ਜਿਹੜੇ ਆ ਉਹ ਸਾਨੂੰ ਬਾਹਰੋਂ ਮਿਲਦੇ ਪਏ ਆ 6,500 ਦੇ, 7,000 ਦੇ, 7,500 ਦੇ, ਇੰਨਾ ਜ਼ਿਆਦਾ ਫਰਕ ਹੈਗਾ। ਜਦੋਂ ਵੀ ਤੁਸੀਂ ਗੱਡੀ ਖਰੀਦਣੀ ਹੈ, ਖਾਸ ਕਰਕੇ ਮਹਿੰਦਰਾ ਦੀ, ਮਹਿੰਦਰਾ ਵਾਲੇ ਬਹੁਤ ਜ਼ਿਆਦਾ ਜ਼ੋਰ ਲਾਉਂਦੇ ਆ, ਸਾਰੇ ਡੀਲਰ ਬੜਾ ਜ਼ੋਰ ਲਾਉਂਦੇ ਆ, ਜਦੋਂ ਵੀ ਗੱਡੀ ਖਰੀਦਣੀ ਆ ਤੁਸੀਂ ਡੀਲਰ ਨੂੰ ਸਿੱਧਾ ਹੀ ਕਹਿ ਦੇਣਾ ਕਿ ਆਪਾਂ 0 ਅਸੈਸਰੀ ਲੈਣੀ ਹੈ, ਕੋਈ ਅਸੈਸਰੀ ਦਾ ਇੱਕ ਪੀਸ ਵੀ ਤੁਹਾਡੇ ਕੋਲ ਨਹੀਂ ਖਰੀਦਣਾ। ਜੇ ਤੁਸੀਂ ਨਹੀਂ ਖਰੀਦੋਗੇ ਤਾਂ ਬਚੋਗੇ, ਜਿਹੜਾ ਬਿੱਲ ਉਹਨਾਂ ਨੇ ਤੁਹਾਡਾ 60,000 ਦਾ ਬਣਾਉਣਾ, ਉਹੀ ਚੀਜ਼ ਤੁਹਾਨੂੰ ਬਾਹਰੋਂ ਮਾਰਕੀਟ ਦੇ ਵਿੱਚ 20,000-25,000 ਰੁਪਏ 'ਤੇ ਆਰਾਮ ਨਾਲ ਮਿਲ ਸਕਦੀ ਹੈ। ਤਾਂ ਕਾਫੀ ਚੀਜ਼ਾਂ ਇੱਦਾਂ ਦੀ ਹੁੰਦੀਆਂ ਜਿਹੜੀ ਬਿਲਕੁਲ ਫਜ਼ੂਲ ਦੀਆਂ ਹੁੰਦੀਆਂ ਨੇ, ਸੋ ਸਿਰਫ ਇਹਨਾਂ ਚੀਜ਼ਾਂ ਤੋਂ ਸੁਚੇਤ ਰਹੋ। ਬਾਕੀ ਥਾਰ ਦੇ ਸਾਰੇ ਤੁਹਾਨੂੰ ਨਾਲ ਦੀ ਨਾਲ ਆਪਾਂ ਅਪਡੇਟ ਦਿੰਦੇ ਰਹਾਂਗੇ ਕੀ ਕੁਛ ਕਰਾ ਰਹੇ ਹਾਂ, ਕਿੰਨੀ ਮਾਈਲੇਜ ਦੇ ਰਹੀ ਹੈ, ਪ੍ਰੈਕਟੀਕਲ ਕਾਰ ਹੈ ਨਹੀਂ ਹੈ, ਵੈਸੇ ਤਾਂ ਹੈ ਨਹੀਂ ਇਹ ਪ੍ਰੈਕਟੀਕਲ ਕਾਰ, ਇਸੇ ਕਰਕੇ ਮਹਿੰਦਰਾ 5-door ਲਾਂਚ ਕਰ ਰਹੀ ਹੈ। ਇੱਕ ਮੇਨ ਪਾਰਟ ਜਿਹੜਾ ਤੁਹਾਨੂੰ ਦੱਸਦਾ, ਇੰਸ਼ੋਰੈਂਸ ਦੇ ਵਿੱਚ ਵੀ ਬਹੁਤ ਤਗੜਾ ਇਹਨਾਂ ਦਾ ਘਪਲਾ ਚੱਲਦਾ। ਇੰਸ਼ੋਰੈਂਸ ਪਹਿਲਾਂ ਸਾਨੂੰ 44,000 ਦਾ ਦੱਸਦੇ ਸੀ, ਫਿਰ 42 ਦਾ, ਜਦੋਂ ਮੈਂ ਕਿਹਾ ਕਿ ਇੰਸ਼ੋਰੈਂਸ ਮੈਂ ਆਪ ਕਰਾਊਂਗਾ, ਮੈਂ ਤੁਹਾਡੇ ਤੋਂ ਨਹੀਂ ਕਰਵਾਉਣਾ ਕਿਉਂਕਿ ਤੁਸੀਂ ਇੰਸ਼ੋਰੈਂਸ ਦਾ ਸਿੱਧਾ ਸਿੱਧਾ ਮੈਨੂੰ 10,000 ਰੁਪਏ ਐਕਸਟਰਾ ਲਾ ਰਹੇ ਹੋ, ਫਿਰ ਉਹ ਇੰਸ਼ੋਰੈਂਸ ਇੱਕਦਮ ਉਹੀ ਇੰਸ਼ੋਰੈਂਸ 35,000 ਤੇ ਆ ਗਿਆ, ਫਿਰ ਉਹਦੇ ਇੱਕ ਅੱਧੀ ਚੀਜ਼ ਐਡ ਹੋਰ ਕੀਤੀ, ਮਤਲਬ ਹੁਣ ਸਾਨੂੰ ਇੰਸ਼ੋਰੈਂਸ 38,000 ਰੁਪਏ ਦਾ ਇਹਨਾਂ ਕੋਲੋਂ ਪਿਆ, ਜਿਹੜਾ 42,000 ਰੁਪਏ 'ਚ ਪੈ ਰਿਹਾ ਸੀਗਾ। ਉਹ ਵੀ ਇੱਕ ਦੋ ਚੀਜ਼ਾਂ ਅਸੀਂ ਆਪਣੀ ਮਰਜ਼ੀ ਨਾਲ ਐਡ ਕਰਾਈ। ਇੰਸ਼ੋਰੈਂਸ ਦੇ ਵਿੱਚ RTI ਐਡ ਕਰਾਈ ਸੀਗੀ ਆਪਾਂ, ਉਹਦਾ 2,000 ਰੁਪਏ ਐਕਸਟਰਾ ਲੱਗ ਜਾਂਦਾ, ਅਤੇ ਤੁਸੀਂ ਵੀ RTI ਜ਼ਰੂਰ ਐਡ ਕਰਾਇਆ ਕਰੋ ਜਦੋਂ ਵੀ ਇੰਸ਼ੋਰੈਂਸ ਕਰਾਉਂਦੇ ਹੋ। RTI ਦਾ ਮਤਲਬ ਕੀ ਹੁੰਦਾ ਵਾ ਕਿ ਜਦੋਂ ਕਿਤੇ ਤੁਹਾਡੀ ਗੱਡੀ ਗੁੰਮ ਹੋ ਜਾਂਦੀ ਹੈ ਤਾਂ ਤੁਹਾਨੂੰ RC ਦੇ ਅਤੇ ਹੋਰ ਜਿਹੜੇ ਤੁਸੀਂ ਗੱਡੀ 'ਤੇ ਪੈਸੇ ਲਾਏ ਹੁੰਦੇ ਹੋ ਉਹ ਵੀ ਪੈਸੇ ਨਾਲੇ ਕਵਰ ਹੋ ਕੇ ਮਿਲਦੇ ਆ, ਸੋ ਇਹ ਚੀਜ਼ ਦਾ ਥੋੜ੍ਹਾ ਜਿਹਾ ਫਾਇਦਾ ਹੋ ਜਾਂਦਾ। ਸਾਰੇ ਪਾਸੇ ਆਪਾਂ ਪੈਸੇ ਹੀ ਬਚਾਏ ਆ, ਜਿੱਦਾਂ ਮੈਂ ਤੁਹਾਨੂੰ ਦੱਸਦਾ ਰਹਿੰਦਾ ਕਿ ਕਿੱਥੇ ਕਿੱਥੇ ਡੀਲਰ ਜਿਹੜੇ ਆ ਧੋਖਾ ਕਰਦੇ ਆ, ਕਿੱਥੇ ਕਿੱਥੇ ਕਰਦੇ ਆ, ਉਹ ਸਾਰੀ ਚੀਜ਼ਾਂ ਮੇਰੇ ਨਾਲ ਵੀ ਹੋ ਰਹੀਆਂ ਸੀ, ਮੇਰੇ ਨਾਲ ਵੀ ਹੁੰਦੀਆਂ, ਅਸੀਂ ਵੀ ਆਮ ਬੰਦੇ ਸਾਰਿਆਂ ਨਾਲ ਡੀਲਰ ਇੱਦਾਂ ਹੀ ਕਰਦੇ ਆ, ਅਤੇ ਇਸ ਕਰਕੇ ਉਹਨਾਂ ਚੀਜ਼ਾਂ ਤੋਂ ਤੁਸੀਂ ਵੀ ਬਚਿਆ ਕਰੋ। ਅਪਡੇਟਾਂ ਤੁਹਾਨੂੰ ਦਿੰਦੇ ਰਹਾਂਗੇ ਥਾਰ ਦੇ ਰਿਲੇਟਡ, ਅਤੇ ਬਾਕੀ ਚਲੋ ਮਾਰੇ ਨੇ ਕਿਰਪਾ ਕੀਤੀ ਹੈ, ਇੱਕ ਸਾਡੇ ਗੈਰੇਜ ਦੇ ਵਿੱਚ ਇੱਕ ਹੋਰ ਨਵੀਂ ਗੱਡੀ ਆ ਗਈ ਆ, ਇਹ ਗੱਡੀ 15 ਮਹੀਨੇ ਦੀ ਵੇਟਿੰਗ ਤੋਂ ਬਾਅਦ ਆਈ ਹੈ, ਪਰ ਆਪਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਇਹ ਗੱਡੀ ਖਰੀਦਣ ਲਈ ਆਪਾਂ ਕੋਈ ਐਫਰਟ ਨਹੀਂ ਕੀਤਾ, ਕੋਈ ਸਿਫਾਰਿਸ਼ ਨਹੀਂ ਪਾਈ, ਕਿਸੇ ਨੂੰ ਨਹੀਂ ਕਿਹਾ, ਇਹਨਾਂ ਨੇ ਇੱਕੋ ਗੱਲ ਕਹੀ ਜਿੱਦਣ ਦੇਣੀ ਹੋਏਗੀ ਦੇ ਦਿਓ, ਸਾਨੂੰ ਕੋਈ ਵੀ ਕਾਹਲੀ ਨਹੀਂ ਹੈਗੀ। ਅਤੇ ਜਿੱਦਣ ਇਹਨਾਂ ਦਾ ਫੋਨ ਵੀ ਆਇਆ, ਪਰਸੋਂ ਫੋਨ ਆਇਆ ਮੈਨੂੰ, ਅਤੇ ਅੱਜ ਕਿੰਨੀ ਤਰੀਕ ਹੈ, 8, ਹਾਂ 6 ਤਰੀਕ ਨੂੰ ਫੋਨ ਆਇਆ, 8 ਤਰੀਕ ਨੂੰ ਆਪਾਂ ਡਿਲੀਵਰੀ ਲਈ ਹੈ, 6 ਨੂੰ ਫੋਨ ਆਇਆ, ਅਤੇ ਉਦੋਂ ਵੀ ਇਹਨਾਂ ਨੇ ਇਹੋ ਹੀ ਗੱਲ ਕਹੀ ਕਿ ਸਰ ਤੁਹਾਡੀ ਗੱਡੀ ਦੀ ਬੁਕਿੰਗ ਆ ਗਈ, ਤੁਸੀਂ ਲੈਣਾ ਚਾਹੁੰਦੇ ਹੋ ਜਾਂ ਨਹੀਂ, ਜੇ ਨਹੀਂ ਲੈਣਾ ਚਾਹੁੰਦੇ ਤਾਂ ਮਤਲਬ ਇਹੋ ਹੀ ਕਿ ਆਪਾਂ ਕਿਸੇ ਨੂੰ
ਡੇਢ ਕੁ ਲੱਖ ਰੁਪਇਆ ਐਕਸਟਰਾ ਲੈ ਕੇ ਤੇ ਕਿਸੇ ਨੂੰ ਦੇ ਦਈਏ, ਠੀਕ ਹੈ। ਮੈਂ ਕਿਹਾ ਕਿਉਂ ਨਹੀਂ ਲੈਣਾ ਚਾਹੁੰਦੇ, ਹਾਲਾਂਕਿ ਮੇਰਾ ਅਜੇ ਮੂਡ ਨਹੀਂ ਹੈਗਾ, ਮੈਂ ਸੋਚਦਾ ਸੀ 5 ਡੋਰ ਆਊਗੀ ਫਿਰ ਲਵਾਂਗੇ, ਫਿਰ ਚਲੋ ਆਪਾਂ ਸੋਚਿਆ ਚਲੋ ਠੀਕ ਹੈ ਕੋਈ ਗੱਲ ਨਹੀਂ ਆਪਾਂ ਲੈ ਲੈਂਦੇ ਹਾਂ, ਠੀਕ ਹੈ। ਅਤੇ ਇੱਦਾਂ ਮਤਲਬ ਚਲੋ ਆਪਾਂ ਗੱਡੀ ਪਰਚੇਸ ਕੀਤੀ 15 ਮਹੀਨੇ ਦੀ ਵੇਟਿੰਗ ਤੋਂ ਬਾਅਦ, ਜਿਹੜੀ ਵੇਟਿੰਗ ਆਪਾਂ ਉੱਦਾਂ ਨਹੀਂ ਕੀਤੀ ਹੈਗੀ, ਠੀਕ ਹੈ, ਕਿਉਂਕਿ ਸਾਨੂੰ ਇਹਦੀ ਕਾਹਲੀ ਕੋਈ ਨਹੀਂ ਹੈਗੀ। ਹੁਣ ਵੀ ਜੇ ਇਹਨਾਂ ਦੀਆਂ ਗੱਲਾਂ 'ਚ ਆਉਂਦੇ ਤਾਂ ਪਤਾ ਨਹੀਂ ਕਿੰਨਾ ਕੁ ਇਹਨਾਂ ਨੇ ਹੋਰ ਠੋਕਣਾ ਸੀਗਾ। ਸੋ ਆਪਾਂ ਥੋੜ੍ਹੀ ਜਿਹੀ ਅਵੇਅਰ ਰਹੀਏ, ਡੀਲਰਾਂ ਦੀ ਲੁੱਟ ਅੱਜ ਕੱਲ੍ਹ ਬਹੁਤ ਜ਼ਿਆਦਾ ਜਾਰੀ ਹੈ, ਖਾਸ ਕਰਕੇ ਇੰਡੀਆ ਦੇ ਵਿੱਚ ਗੱਡੀਆਂ ਦੇ ਪੱਲੇ ਕੱਖ ਨਹੀਂ, ਛੋਟੇ ਛੋਟੇ ਇੰਜਣ ਆ ਰਹੇ ਆ, ਪਰ ਰੇਟ ਉਹਨਾਂ ਦੇ ਬਹੁਤ ਜ਼ਿਆਦਾ ਨੇ। ਹਾਂਜੀ ਦੋਸਤੋ, ਇਹ ਮਹਿੰਦਰਾ ਵਾਲਿਆਂ ਨੇ ਨਾਲ ਇੱਕ ਗਿਫਟ ਵੀ ਦਿੱਤਾ, ਇਹਦੀ ਅਨਬੋਕਸਿੰਗ ਕਰਦੇ ਹਾਂ ਕਿ ਕੀ ਦਿੰਦੇ ਆ ਮਹਿੰਦਰਾ ਵਾਲੇ। ਪੈਕਿੰਗ ਤਾਂ ਕਾਫ਼ੀ ਜ਼ਬਰਦਸਤ ਕੀਤੀ ਹੈ, ਹੁਣ ਦੇਖਦੇ ਹਾਂ ਵਿੱਚੋਂ ਕੀ ਨਿਕਲਦਾ। ਇਹ ਸਿਰਫ ਇਹਨਾਂ ਨੇ ਆਪਣੀ ਐਡਵਰਟਾਈਜ਼ਮੈਂਟ ਵਾਸਤੇ, ਕਿਉਂਕਿ ਮਹਿੰਦਰਾ ਕਹਿੰਦੇ ਦਿੰਦੇ ਕੁਛ ਨਹੀਂ, ਸਿਰਫ ਗੱਡੀ ਦਿੰਦੇ ਆ, ਐਪਲ ਵਾਂਗੂ ਅੱਗੇ ਜਾ ਕੇ ਇਹਨਾਂ ਨੇ ਸ਼ਾਇਦ ਬਿਨਾਂ ਟਾਇਰਾਂ ਤੋਂ ਹੀ ਨਾ ਕਰ ਦੇਣ। ਚਲੋ ਦੇਖਦੇ ਹਾਂ ਕੀ ਹੈ ਇਹਦੇ 'ਚ। ਅੱਛਾ, ਇਹਦੇ ਕੁਝ ਖਾਸ ਨਹੀਂ ਹੈ, ਪਰ ਚਲੋ ਦਿੱਤਾ ਅਗਲਿਆਂ ਨੇ ਖਾਸ ਹੀ ਹੋਣਾ। ਕੀ ਆ, ਇੱਕ ਕੱਪ ਅਤੇ ਵਾਹ, ਇਹ ਚੀਜ਼ ਸੋਹਣੀ ਆ, ਇਹ ਛੱਲਾ ਜਿਹਾ ਚਾਬੀ 'ਚ ਪਾਉਣ ਵਾਸਤੇ, ਮਾਈਕਰੋਫਾਈਬਰ ਦਾ ਇਹ ਕੱਪੜਾ ਗੱਡੀ ਸਾਫ ਸੁਫ ਕਰਨ ਵਾਸਤੇ, ਸੋਹਣਾ ਹੈ ਵੀ ਮਹਿੰਦਰਾ ਨੇ ਆਪਣੇ ਪਿਆਰ ਕਰਵਾਇਆ। ਇਹ ਕੱਪ ਆ, ਇਹਦੇ 'ਚ ਆਪਾਂ ਚਾਹ ਚੂ ਪੀਆ ਕਰਾਂਗੇ, ਚਲੋ ਸੋਹਣਾ ਲੱਗਦਾ, ਆਪਾਂ ਚੰਡੀਗੜ੍ਹ ਹੀ ਰੱਖਾਂਗੇ ਇਹਨੂੰ। ਇੱਕ ਹੋਰ ਚੀਜ਼ ਵੀ ਹੈਗੀ ਸ਼ਾਇਦ। ਅੱਛਾ, ਇਹ ਹੈਗੀ ਆ ਪੇਪਰ ਰੱਖਣ ਵਾਸਤੇ, ਗੱਡੀ ਦੇ ਪੇਪਰ ਰੱਖਣ ਵਾਸਤੇ, ਇੱਥੇ ਆਰ ਸੀ ਆਜੂਗੀ ਅਤੇ ਇੱਧਰ ਬਾਕੀ ਇੰਸ਼ੋਰੈਂਸ ਵਗੈਰਾ ਆ ਜਾਏਗਾ। ਹਾਂ, ਸੋਹਣੀ ਚੀਜ਼ ਦਿੱਤੀ ਆ, ਹਾਂ ਵਧੀਆ ਕੰਮ ਕੀਤਾ ਮਹਿੰਦਰਾ ਨੇ। ਆਸ ਨਹੀਂ ਹੈਗੀ, ਪਰ ਫਿਰ ਵੀ ਮਹਿੰਦਰਾ ਨੇ ਡਿਲੀਵਰੀ ਵਧੀਆ ਕਰ ਦਿੱਤੀ ਹੈ ਪਹਿਲਾਂ ਨਾਲੋਂ, ਸੋ ਚੰਗੀ ਗੱਲ ਆ, ਕਰਨੀ ਚਾਹੀਦੀ ਇੰਪਰੂਵਮੈਂਟ ਥੋੜ੍ਹੀ ਬਹੁਤੀ, ਕਿਉਂਕਿ ਗਾਹਕ ਜਿਹੜਾ ਉਹ ਜੁੜਿਆ ਰਹਿੰਦਾ ਮਹਿੰਦਰਾ ਤੋਂ, ਲੋਕ ਨਾਰਾਜ਼ ਕਾਫ਼ੀ ਰਹਿੰਦੇ ਆ, ਪਰ ਇਹ ਚੀਜ਼ ਬਹੁਤ ਵਧੀਆ ਲੱਗੀ। ਸੋ ਧੰਨਵਾਦ ਮਹਿੰਦਰਾ ਵਾਲਿਆਂ ਦਾ, ਅਤੇ ਬਾਕੀ ਚਲੋ ਮਿਲਦੇ ਹਾਂ ਜੀ ਨਵੇਂ ਵੀਡੀਓ 'ਚ, ਨਵੇਂ ਵਲੌਗ 'ਚ। ਧੰਨਵਾਦ।